ਮਾਸ਼ਾਅੱਲਾ ਜੀ, ਸਾਡਾ ਬੱਕਰਾ ਪਹੁੰਚ ਚੁੱਕਿਆ। ਇਹ ਦੇਖੋ ਬੰਨਿਆ ਸੀਗਾ ਕਾਸ਼ੀ ਭਾਈ ਨੇ ਖੋਲ੍ਹ ਕੇ, ਅਤੇ ਮੈਨੂੰ ਦਿਖਾ ਰਿਹਾ। ਮੈਂ ਕਿਹਾ ਇੱਦਾਂ ਜ਼ਰਾ ਕਰੋ ਬੇਟੇ, ਤੁਹਾਡੇ ਕੋਲ ਨਰ ਜਾਣਾ ਹੈ। ਦੇਖੋ ਵੱਡਾ ਬੱਕਰਾ, ਕਾਸ਼ੀ ਭਾਈ ਨੂੰ ਇੰਨਾ ਜ਼ਿਆਦਾ ਪਸੰਦ ਆਇਆ, ਕਹਿੰਦਾ ਤੁਹਾਨੂੰ ਤਾਂ ਬਹੁਤ ਬਿਹਤਰੀਨ ਮਿਲ ਗਿਆ ਵਾ। ਹੁਣੇ ਹੁਣੇ ਭਾਜੀ ਲੈ ਕੇ ਆਏ ਨੇ। ਨੁਰਫਤ ਮੈਂ ਸੈਨ ਹੋ ਜ਼ਰਾ ਬੇਟੇ, ਬੜਾ ਪਿਆਰਾ ਬੱਕਰਾ, ਤੋ ਕੀ ਲੱਗ ਰਿਹਾ ਇਹਦਾ ਸਾਡੇ ਨਸੀਬ ਵਿੱਚ ਸੀਗਾ। ਸਾਨੂੰ ਸਹੀ ਮਿਲ ਗਿਆ, ਕਿਸੇ ਕੋ ਬਤਾਨਾ ਨਹੀਂ ਹੈ। ਠੀਕ ਹੈ, ਇਹ ਵੀਰੇ ਆਪਣੇ ਕਰਕੇ ਨਾ ਉਹਨਾਂ ਨੇ 50 ਦੇ ਵਿੱਚ ਕਰ ਦਿੱਤਾ ਕਿ ਚਲੋ ਭੈਣ ਦਾ ਵਾ। ਹਾਂ, ਤੇ 2000 ਉਹਨਾਂ ਨੂੰ ਕਰਾਇਆ ਤੇ 50 ਜਾਨੀ ਕਿ ਇਹਦਾ ਬੱਕਰੇ 60 ਮੈਂ ਵੀ ਆਤਾ ਆਪ ਕੋ ਵਾਰੇ ਸੀ 60 ਵਜੇ ਵਾਰੇ ਸੀ 60 ਮੈਂ ਵੀ ਵਾਰੇ ਸੀ। ਹਾਂ, ਬਹੁਤ ਬੜਾ ਬੱਕਰਾ ਵਾ, ਮਾਸ਼ਾਅੱਲਾ, ਜ਼ਬਰਦਸਤ ਹੈ, ਪਿਓਰ ਮਮ ਇਹ ਦੇਸੀ ਸਾਈ ਵਾਲੀ ਹੈ। ਹਾਂ ਹਾਂ, ਇਸੇ ਤਰ੍ਹਾਂ ਵੱਡਾ ਬੱਕਰਾ। ਹਾਂਜੀ ਹਾਂਜੀ, ਇਸੇ ਤਰ੍ਹਾਂ ਮਾਸ਼ਾਅੱਲਾ, ਅੱਲਾ ਦੀ ਉਮਰ ਦਰਾਜ ਕਰੇ। ਅੱਲਾ ਜਿਹੜੇ ਕੋਈ ਕੰਮ ਵਾ ਤੇ ਨੇਕ ਕੰਮ ਵਾ ਤੇ ਆਇਆ, ਅੱਲਾ ਨੇਕ ਕੰਮ ਦੇ ਉੱਤੇ ਇਹਨੂੰ ਜਿਹੜਾ ਸੀਗਾ ਵੀ ਅੱਲਾ ਖੈਰ ਕਰੇ। ਬੇਟੇ ਜਾਇਆ ਨਾ ਕਰ, ਜਾਇਆ ਨਾ ਕਰ। ਮੈਨੂੰ ਲੱਗਦਾ ਸੀ ਬਈ ਇਹ ਨਹੀਂ ਖਾਏਗਾ, ਕਹਿੰਦਾ ਭਾਈ ਭਾਜੀ ਨੇ ਮੈਨੂੰ ਕਾਲ ਕੀਤੀ ਕਹਿੰਦਾ ਲੂਸਣ ਲੈ ਕੇ ਆਓ। ਮੈਂ ਕਿਹਾ ਲੂਸਣ ਕਿੱਥੋਂ ਲੈ ਕੇ ਆਈਏ ਅਸੀਂ, ਨਹੀਂ ਮਿਲੇਗਾ ਇਹ, ਜੰਤਰੀ ਖਾਏਗਾ। ਅੱਛਾ, ਫਿਰ ਮੈਨੂੰ ਡਾਊਟ ਸੀ, ਮੈਂ ਪਤਾ ਨਹੀਂ ਨਾ ਖਾਵੇ ਤਾਂ ਲੂਸਣ ਕੀ ਆਉਣ ਗਿਜਿਆ ਨਾ ਦਿਹਾਤ ਦਾ ਬੱਕਰਾ ਵਾ, ਲੇਕਿਨ ਖੈਰ ਲੈ ਗਿਆ ਤਾਂ ਮਾਸ਼ਾਅੱਲਾ ਖਾ ਰਿਹਾ ਵਾ, ਅੱਲਾ ਤਾਲਾ ਬੁਰੀ ਨਜ਼ਰ ਤੋਂ ਬਚਾਏ, ਖਾ ਰਿਹਾ ਵਾ। ਹਾਂਜੀ, ਅਸੀਂ ਰੱਖਾਂਗੇ, ਮੈਨੂੰ ਇੱਧਰ ਹੀ ਨਾ ਤਬੱਸਮ ਵਾਲੀ ਸਾਈਡ 'ਤੇ ਬੰਨਾਂਗੇ ਇਹਨੂੰ, ਉੱਧਰ ਨਹੀਂ ਲੈ ਕੇ ਜਾਊਂਗੇ ਘਰ, ਉੱਧਰ ਕੁਰਬਾਨੀ ਵਾਲੇ ਦਿਨ ਹੀ ਖੜਾਂਗੇ ਇਨਸ਼ਾਅੱਲਾ। ਇੱਧਰ ਇੱਕ ਸਾਈਡ ਨੂੰ ਰੱਖਾਂਗੇ ਕਿ ਤੁਹਾਨੂੰ ਪਤਾ ਫਿਰ ਨਜ਼ਰਾਂ ਲੋਕਾਂ ਦੀਆਂ ਕਿੰਨੀਆਂ ਤੇਜ਼ ਐਵੇਂ ਨਹੀਂ, ਅੱਲਾ ਤਾਲਾ ਬੁਰੀ ਨਜ਼ਰ ਤੋਂ ਬਚਾਵੇ। ਬਸ ਤੁਹਾਡੀ ਨਿਗਰਾਨੀ ਵਿੱਚ ਆਏ ਤੇ। ਹਾਂਜੀ ਬੇਟੇ, ਅੱਛਾ ਹੈ, ਬੱਚੇ ਸਾਰੇ ਮਾਸ਼ਾਅੱਲਾ ਮੁਹੱਲੇ ਦੇ ਖੁਸ਼ ਹੋ ਗਏ ਨੇ ਬੱਕਰਾ ਦੇਖ ਕੇ, ਅਤੇ ਸਾਡਾ ਤਬੱਸਮ ਵੀ ਆ ਗਿਆ ਰਿਕਸ਼ਾ ਲੈ ਕੇ। ਜੀ ਬੇਟੇ, ਇੱਧਰ ਆ ਜਾਓ, ਇੱਧਰ ਆ ਜਾਓ। ਅਸਲਾਮੁ ਅਲੈਕੁਮ, ਸਾਡੇ ਕੋਲ ਕਿਸ ਤਰ੍ਹਾਂ ਆਇਆ ਵਾ, ਸਾਡੇ ਕੋਲ ਆਇਆ ਤੇ ਭਾਜੀ ਬੱਕਰਾ ਲੈ ਕੇ, ਕਿੱਦਾਂ ਭਾਈ ਸਮਝ ਕੇ ਸਾਰੇ ਆ ਬੱਕਰਾ ਲੈ ਕੇ, ਗਲਤੀ ਆਏ ਸੀਗੇ, ਗਲਤੀ ਦੇ ਗਲਤੀ ਨਹੀਂ ਰਹਿ ਸੀ ਉਸ ਟਾਈਮ 'ਤੇ, ਸ਼ੇਰ ਨਹੀਂ ਕਰ ਸਕੇ, ਅਤੇ ਲਿਆਉਣਾ ਵੀ ਉੱਥੋਂ
ਮਾਸ਼ਾਅੱਲਾ ਬੱਕਰਾ ਸਾਡਾ ਬਹੁਤ ਬਹੁਤ ਪਿਆਰਾ ਹੈ ਅਤੇ ਇਸ ਵਾਸਤੇ ਫਿਰ ਮੇਰੇ ਕੋਲ ਤਾਂ ਵੈਸੇ ਵੀ ਨਹੀਂ ਕਾਬੂ ਹੋਣਾ ਸੀ ਅਤੇ ਭਾਈ ਸਤਾਰ ਨੇ ਜਨਾਬ ਆਪਣੇ ਕੋਲ ਪਾ ਲਿਆ ਸੀ ਠੀਕ ਹੈ ਤਾਂ ਫਿਰ ਚਰਨ ਉਠਾ ਦਿਓ ਤਾਂ ਫਿਰ ਇਹਨਾਂ ਦੇ ਨਾਲ ਤਾਂ ਫਿਰ ਉਹ ਮਿਲਿਆ ਜੁਲਿਆ ਆਇਆ ਸੀਗਾ ਅਤੇ ਇਸ ਵਾਸਤੇ ਭਾਈ ਸਤਾਰ ਲੈ ਕੇ ਆਇਆ ਕੋਈ ਕਹਿੰਦੇ ਪਰੇਸ਼ਾਨੀ ਨਹੀਂ ਹੋਈ ਸਕੂਨ ਨਾਲ ਕਹਿੰਦਾ ਗੱਡੀ 'ਚ ਬੈਠਾ ਆਇਆ ਅਲਹਿਦਾ ਕਹਿੰਦਾ ਮੈਂ ਇਹਦੀ ਟਿਕਟ ਕਰਵਾਈ ਸੀ ਤਾਂ ਕਿ ਇਹਨੂੰ ਕੋਈ ਸਵਾਰੀ ਜਾਂ ਕੋਈ ਟੈਨਸ਼ਨ ਪਰੇਸ਼ਾਨੀ ਨਾ ਹੋਵੇ ਅਤੇ ਕਹਿੰਦਾ ਇੱਕ ਸਾਈਡ ਸੀਟ 'ਤੇ ਮੈਂ ਬੈਠਾ ਰਿਹਾ ਇੱਕ ਸਾਈਡ 'ਤੇ ਬੈਠਾ ਰਿਹਾ ਅਤੇ ਅਸੀਂ ਜਨਾਬ ਇੱਥੇ 3 ਘੰਟੇ ਤੁਸੀਂ ਮੁਲਤਾਨ ਸਾਡੇ ਇਸ ਪੂਰੇ ਮੁਹੱਲੇ 'ਚ ਇਸ ਤਰ੍ਹਾਂ ਦਾ ਬੱਕਰਾ ਹਾਲ ਦਾ ਕਿਸੇ ਦਾ ਵੀ ਨਹੀਂ ਆਇਆ ਨਾਲੇ ਇਹ ਵੀ ਦੱਸੋ ਆਪਣੇ ਭੈਣ ਭੈਣ ਕਿੰਨੇ ਦਾ ਲਿਆ ਭਾਈ ਨਾਲ ਸਾਡਾ ਜਿਹੜਾ ਪੈਸਾ ਮਾਸ਼ਾਅੱਲਾ ਜੀ ਭਾਅ ਜੀ ਨੂੰ ਪੈਸੇ ਦੇ ਦਿੱਤੇ ਜੀ ਭਾਅ ਜੀ ਹੁਣ ਪੈਸੇ ਕਾਊਂਟ ਕਰਦੇ ਪੈਣ ਪੈਸੇ ਕਾਊਂਟ ਕਰਕੇ ਦੱਸ ਦੇਣ ਕਿ ਭਾਅ ਜੀ ਨੂੰ ਪੈਸੇ ਪੂਰੇ ਮਿਲ ਗਏ ਜਾਂ ਨਹੀਂ ਮਿਲੇ ਕਹਿੰਦਾ ਜੀ ਮੈਂ ਆਪਣੀ ਵੀਡੀਓ ਦੱਸਾਂਗਾ ਇਹਦੇ 'ਚ ਵੀ ਦੱਸ ਦੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪਣੀ ਵੀਡੀਓ 'ਚ ਦੱਸ ਦੇਣਾ ਕਹਿੰਦੇ ਨਾ ਜਾਨਵਰ ਨਾ ਜਾਨਵਰ ਬੰਦਾ ਪਾਉਂਦਾ ਬੜੇ ਨਾਜ਼ਾਂ ਬੜੇ ਪਿਆਰਾਂ ਨਾਲ ਪਾ ਲਿਆ ਹੋਇਆ ਪਤਾ ਹੈ ਮੈਂ ਚੁੱਕ ਲੈ ਗੇਟ ਬੰਦ ਕਰ ਗੇਟ ਬੰਦ ਕਰ ਗੇਟ ਬੰਦ ਕਰ
ਹੁਣ ਪਤਾ ਲੱਗ ਗਿਆ ਸਬਜ਼ੀ ਬਣਦੀ ਨੂੰ ਦੇਖ ਤਾਂ ਹਾਂ ਇਹ ਬੜੇ ਨਾਜ਼ਾ ਦਾ ਪਾਲਿਆ ਹੋਇਆ ਇਹਨਾਂ ਨੇ ਬਹੁਤ ਮਿਹਰਬਾਨੀ ਮੇਰੇ ਭਰਾ ਦੀ ਨਾ ਸਫ਼ਰ ਕਰਕੇ ਤੋਂ ਸਾਡੇ ਕੋਲ ਬਚਾਉਣ ਆਇਆ ਸਾਡਾ ਵਕਤ ਵੀ ਬਚਾਇਆ ਸਾਡਾ ਟਾਈਮ ਵੀ ਬਚਾਇਆ ਠੀਕ ਹੈ ਨਾ ਉਹਦਾ ਸਾਡੇ ਕੋਲ ਇੱਛਾ ਵੀ ਸੀਗਾ ਇਹ ਉਹ ਦੇਖੋ ਸਾਡੇ ਕੋਲ ਇੱਛਾ ਸੀ ਸਾਡਾ ਜੀ ਭਾਜੀ ਆਉਣ ਜਾਣ ਮੁੱਕੇ ਸੀ ਦੋ ਹਜ਼ਾਰ ਰੁਪਏ ਹਜ਼ਾਰ ਅਸਲ ਉੱਥੇ ਬਹੁਤ ਖੁਸ਼ ਹਾਂ ਇੰਨੇ ਖੁਸ਼ ਹੋਣਾ ਸਾਡੇ ਪੂਰੇ ਬੱਚੇ ਸਾਡੇ ਬੱਚਿਆਂ ਤੋਂ ਖੁਸ਼ ਹੋਣਾ ਸੀਗਾ ਪੂਰੇ ਮੁਹੱਲੇ ਦੇ ਬੱਚੇ ਸੀਗੇ ਨਾਲ ਸਾਡਾ ਹਮਸਾਇਆ ਵਾ ਮੈਂ ਰਾਤ ਦਾ ਟੋਟਾ ਬਣਾਇਆ ਸੀਗਾ ਮੈਂ ਉਹ ਵਿੱਚ ਲਗਾਵਾਂਗੀ ਕਿ ਉਹ ਕੀ ਕਹਿ ਰਿਹਾ ਬੱਕਰੇ ਦੀ ਕੀਮਤ ਦੇ ਬਾਰੇ ਨਾ ਉਹ ਮੰਡੀ ਫਿਰ ਕੇ ਆਏ ਰਾਤ ਕਹਿ ਰਹੇ ਸੀਗੇ ਕਿ ਇੰਨੇ ਦਾ ਸਾਡਾ ਬੱਕਰਾ ਹੈਗਾ ਵਾ ਇਹ ਕਹਿਣਾ ਤੁਸੀਂ ਰੇਟ ਦੇ ਕੇ ਆਏ ਹੋ ਇੰਨਾ ਬੱਕਰਾ ਮੈਂ ਕਿਹਾ ਤੁਹਾਨੂੰ ਬਹੁਤ ਮੁਨਾਸਬ ਰੇਟ ਵਿੱਚ ਮਿਲ ਰਿਹਾ ਅਤੇ ਬੱਕਰਾ ਵੀ ਮਿਹਰਬਾਨੀ ਜਿੱਦਾਂ ਭਾਜੀ ਨਾਲ ਹੈਗਾ ਸੀ ਵੇਚ ਕੇ ਉੱਥੇ ਵਾਪਸ ਜਾਂਦਾ ਆਪਾਂ ਵੀ ਕਰ ਲੈਣਾ ਸਮਝਦਾ ਨਾ ਕਿ ਅੱਜ ਮੁਨੀਰਾ ਬੈਠੀ ਹੈ ਸਹੀ ਗੱਲ ਉੱਥੇ ਪੰਖਾ ਚੱਲੇ ਗਿਆ ਇਹਨੂੰ ਹਵਾ ਲੱਗੇ ਕਿ ਠੰਡੀ ਠੰਡੀ ਹਾਂ ਅਤੇ ਸਾਗ ਗਰਮੀ ਦਾ ਬਹੁਤ ਜ਼ਿਆਦਾ ਸਾਗ ਨਿਕਲਿਆ ਹੋਇਆ ਵਾ ਅਤੇ ਪਤਾ ਨਹੀਂ ਕਾਸ ਨਿਕਲਿਆ ਆਪਣੇ ਜਿਸਮ 'ਤੇ ਸੀਗਾ ਅਤੇ ਹੁਣ ਉਹ ਜਿਸਮ ਤੋਂ ਹਟਿਆ ਵਾ ਅਤੇ ਹੁਣ ਮੁੱਠੇ ਗਰਮੀ ਤਾਂ ਸਮਝ ਨਹੀਂ ਆ ਰਹੀ ਕਿਉਂਕਿ ਮੈਂ ਕਿਹਾ ਹੁਣ ਕੁੱਕਰ ਲਗਾ ਕੇ ਤਾਂ ਮੈਂ ਨਹੀਂ ਬਣਾ ਸਕਦੀ ਮੈਨੂੰ ਤਾਂ ਦੱਸਦੀ ਗੱਲ ਕੁੱਕਰ ਤੋਂ ਡਰ ਮੈਂ ਜ਼ਿੰਦਗੀ 'ਚ ਕਦੀ ਕੁੱਕਰ ਨਹੀਂ ਚਲਾਇਆ ਅਤੇ ਆਪਦਾ ਮਾਸ਼ਾਅੱਲਾ ਟ੍ਰੇਨ ਹੈ ਕੁੱਕਰ ਦੇ ਮਾਮਲੇ ਵਿੱਚ ਇਹਨਾਂ ਨੇ ਕੁੱਕਰ ਲਗਾ ਕੇ ਮਿੰਟ ਲਾ ਕੇ ਸਾਲਨ ਤਿਆਰ ਕਰ ਦੇਣਾ ਆਟਾ ਗੁੰਨ ਕੇ ਮੈਂ ਤਾਂ ਰੋਟੀ ਜਿਹੜੀ ਪਲੂਰ ਤੋਂ ਲਗਵਾਉਂਦੀ ਭਾਜੀ ਇੱਥੇ ਆ ਭਾਜੀ ਕਹਿੰਦਾ ਅਸੀਂ ਕੁਛ ਨਹੀਂ ਖਾਣਾ ਮੈਂ ਗੋਸ਼ਤ ਕਰਾਂਗੀ ਖਾਣਾ ਅਤੇ ਕੱਲ੍ਹ ਜੇ ਮੈਂ ਮਨਾ ਤਾਂ ਬਣਾਇਆ ਸੀ ਗੋਸ਼ਤ ਕਰਦੀ ਮਹਿਮਾਨ ਆਏ ਸੀਗੇ ਆਲੂ ਗੋਸ਼ਤ ਬਣਾਇਆ ਸੀਗਾ ਉਹਦੇ ਨਾਲ ਹੀ ਗੁਲਾਬੀ ਰੋਟੀ ਕਰਦੀ ਭਾਜੀ ਉਹਨਾਂ ਨੇ ਸੁਬਹ ਵੀ ਇਸ ਤਰ੍ਹਾਂ ਉਹਨਾਂ ਨੇ ਥੋੜ੍ਹਾ ਸਾਲ ਬੱਚਾ ਸੋਚ ਰਿਹਾ ਖਾਲੀ ਨਾਲ ਉੱਤੇ ਨਹੀਂ ਸ਼ੇਖ ਸੀਗਾ ਕਿ ਹੁਣ ਜਿਹੜਾ ਵਾ ਭਾਜੀ ਕਹਿੰਦਾ ਮੇਰਾ ਕੋਈ ਜ਼ਿਆਦਾ ਸਾਲ ਬਣਾ ਦੂੰਗਾ ਮੈਂ ਕੱਦੂ ਲੈ ਕੇ ਸੀ ਚਨੇ ਦਾਲ ਲੈ ਕੇ ਸੀ ਆਪਦਾ ਇਹ ਬਣਾ ਲੂੰਗੀ ਅਤੇ ਮੈਂ ਬਣਾ ਰਹੀ ਹਾਂ ਲਸਣ ਅਦਰਕ ਅਤੇ ਗਰੀਨ ਮਿਰਚ ਇਹਦਾ ਪੇਸਟ ਤਿਆਰ ਕਰ ਰਹੀ ਹਾਂ ਕਾਹਦੇ ਵਾਸਤੇ ਜੀ ਕੁਰਬਾਨੀ ਦੀਆਂ ਜਾਂ ਸੀਗਾ ਤਿਆਰੀਆਂ ਸ਼ੁਰੂ ਆ ਕਿੰਨੇ ਦਿਨ ਰਹਿ ਗਿਆ ਜੀ ਸਵਾਰ ਵਾਲੇ ਦਿਨ ਬਣਦੇ ਪਏ ਜੀ ਇਹਦੇ ਇਨਸ਼ਾਅੱਲਾਹ ਐ ਦਾ ਸਵਾਲ ਆ ਰਿਹਾ ਹਾਂ ਜੀ ਭਾਜੀ ਮੱਕੀ ਦਾ ਗੁੰਦੜਾ ਨਹੀਂ ਹੁੰਦਾ ਉਹ ਲੈ ਕੇ ਆ ਮੈਂ ਪਤਾ ਕਰਦਾ ਮੁੰਡੇ ਨੂੰ ਫੋਨ ਕਰਦਾ ਨਾ ਉੱਥੋਂ ਲੈ ਕੇ ਆ ਭਾਈ ਪਤਾ ਨਹੀਂ ਕਰ ਬਾਹਰ ਕੀ ਭਾਜੀ ਕਹਿ ਰਿਹਾ ਵਾ ਕਿ ਬਾਹਰ ਨਾ ਉੱਥੇ ਜਦੋਂ ਜੂਸ ਵਾਲੇ ਉੱਥੇ ਠੀਕ ਹੀ ਆ ਫਲਾਣੇ ਹੁੰਦੇ ਉਹ ਵੀ ਪਤਾ ਕਰ ਲਵਾਂਗੇ ਭਾਜੀ ਚਲੋ ਸਹੀ ਨਾ ਮਾਸ਼ਾਅੱਲਾ ਬੱਕਰਾ ਨਾ ਹੀ ਫਿਰ ਨਾ ਆ ਇਹ ਚੀਜ਼ਾਂ ਨਾਲ ਵਿੱਧੀਆਂ ਮੈਂ ਐਵੇਂ ਵਾਲੀ ਮੋਹ ਜਿਹੜਾ ਸੀਗਾ ਵੀ ਉਹ ਤਾਂ ਕਰਕੇ ਤਾਂ ਕਰ ਲਿਆ
ਤਰਲੇ ਮਾਰ ਲਿਆ ਤੁਹਾਨੂੰ ਹਰ ਚੀਜ਼ ਮਿਲੇ ਤੇ ਤੁਸੀਂ ਕੋਸ਼ਿਸ਼ ਕਰੋ ਬਾਹਰ ਦੂਸਰਿਆਂ ਨੂੰ ਚੱਕਰ ਲਗਾ ਕੇ ਆਓ ਚਲੋ ਮੈਂ ਜਾ ਕੇ ਪਤਾ ਕਰਕੇ ਆਉਣਾ ਛਿਲਕੇ ਵਗੈਰਾ ਜੋ ਵੀ ਹੋਣ ਛਿਲਕੇ ਲਿਆ ਕੇ ਤਰਬੂਜ਼ ਦੇ ਛਿਲਕੇ ਲਿਆ ਠੀਕ ਠੀਕ ਹੈ ਨਾ ਮੇਰੀ ਜੂਸਰ ਮਸ਼ੀਨ ਆਪਦਾ ਇੱਧਰ ਲੈ ਕੇ ਆਈ ਹੋਈ ਆ ਅਤੇ ਬੱਚਿਆਂ ਨੂੰ ਜੂਸ ਬਣਾ ਕੇ ਪਿਲਾਈ ਦਾ ਇਹ ਦੇਖੋ ਅਤੇ ਮੇਰੀ ਇਕੱਲੀ ਦਿਨ ਸਾਡੀ ਦੋਨਾਂ ਭੈਣਾਂ ਦੀ ਆ ਅਤੇ ਮੈਂ ਬਣਾਉਣ ਲੱਗੀ ਹਾਂ ਤੁਹਾਨੂੰ ਦੱਸਣਾ ਤੇਰੇ ਕ੍ਰੀਸਾਂ ਲੱਗੀਆਂ ਅਤੇ ਆਪਣੇ ਭੈਣ ਭੈਣ ਸ਼ੇਅਰ ਕਰਦੀ ਮਾਸ਼ਾਅੱਲਾ ਅੱਛਾ ਪਤਾ ਨਹੀਂ ਇਹਨਾਂ ਨੂੰ ਮਸ਼ੀਨਾਂ ਨੂੰ ਕੀ ਗੱਲ ਆ ਚੱਲਦੀਆਂ ਚੱਲਦੀਆਂ ਨਾ ਬੰਦ ਹੋ ਜਾਂਦੀਆਂ ਇੰਨਾ ਜ਼ਿਆਦਾ ਨਹੀਂ ਹੈਗਾ ਸਮਾਨ ਅਤੇ ਲੇਕਿਨ ਫਿਰ ਵੀ ਇਹ ਚੱਲਦੀ ਚੱਲਦੀ ਬੰਦ ਹੋ ਗਈ ਪਤਾ ਨਹੀਂ ਗਰਮ ਹੋ ਗਈ ਇਹ ਗਰਮ ਨਹੀਂ ਹੋ ਗਈ ਇਸ ਕਰਕੇ ਬੰਦ ਹੋ ਗਈ ਉਸ ਤਰ੍ਹਾਂ ਠੰਡੀ ਹੋਊਗੀ ਅਤੇ ਫਿਰ ਇਹਨੂੰ ਚਲਾ ਕੇ ਦੇਖੂੰਗੀ ਅਤੇ ਫਿਰ ਚੱਲੇਗੀ ਅਤੇ ਫਿਰ ਇਹਨੂੰ ਤਿਆਰ ਕਰਾਂਗੀ ਇਨਸ਼ਾ ਅੱਲਾ ਸੋਚਿਆ ਤਾਂ ਮੇਰਾ ਸਹੀ ਲੱਗਿਆ ਹੋਇਆ ਵਾ ਫਿਰ ਵੀ ਚਲੋ ਹਲਾ ਕੇ ਦੇਖ ਲੈਂਦੇ ਹਾਂ ਦੇਖੋ ਚਲਾ ਕੇ ਦੇਖ ਲਈ ਨਹੀਂ ਚੱਲਣ ਦੇਖਿਆ ਹਰੇ ਗਰਮ ਹੋ ਗਏ ਜਾਂ ਠੰਡੀ ਹੋਊਗੀ ਫਿਰ ਇਹਨੂੰ ਜ਼ਰਾ ਚਲਾਉਂਗੀ ਬੱਚੇ ਦੇਖੋ ਸਾਡੇ ਕਿੱਥੇ ਬੈਠੇ ਹੋਏ ਨੇ ਹਮਸਾਇਆਂ ਦੇ ਮੋਟਰਸਾਈਕਲ ਦੇ ਕੋਲ ਬੱਕਰੇ ਦੀ ਰਾਖੀ ਬੱਕਰਾ ਦੇਖੋ ਸਾਡਾ ਮਾਸ਼ਾਅੱਲਾ ਬੈਠਾ ਅੱਲਾਹ ਤਾਲਾ ਦੀ ਉਮਰ ਦਰਾਜ਼ ਕਰੇ ਅਤੇ ਅੱਲਾਹ ਤਾਲਾ ਨੇਕ ਕੰਮ 'ਤੇ ਨੇਕ ਨੇਕੀ ਦੇ ਰਾਸਤੇ ਜਾਣਾ ਨੇਕ ਕੰਮ ਵਾਸਤੇ ਜਾਣਾ ਵਾ ਅੱਲਾਹ ਤਾਲਾ ਆਪਣੀ ਬਾਰਗਾਹ ਕਬੂਲ ਮਨਜ਼ੂਰ ਫਰਮਾਏ ਬੜੇ ਮਜ਼ੇ ਨਾਲ ਬੈਠਾ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਇਹ ਸਾਡੇ ਹਮਸਾਇਆਂ ਦਾ ਅਨਾਰ ਅਨਾਰ ਹਮਸਾਇਆਂ ਨੇ ਕੱਲ੍ਹ ਤਾਜ਼ੀ ਤਾਜ਼ੀ ਦੁਆਰ ਕੀਤੀ ਪਹਿਲੇ ਦੁਆਰੇ ਫਿਰ ਕੋਈ ਛੋਟੀ ਜਿਹੀ ਡਿੱਗਣ ਵਾਲੀ ਸੀ ਹੁਣ ਕਾਫੀ ਜ਼ਿਆਦਾ ਉਹਨਾਂ ਨੇ ਅੱਛੀ ਕਰ ਲਈ ਅੱਜ ਬੱਕਰੇ ਵਾਸਤੇ ਦਹੀਂ ਲਿਆ ਕੇ ਅਸੀਂ ਅਤੇ ਲੱਸੀ ਤਿਆਰ ਕੀਤੀ ਹੈ ਅਤੇ ਥੋੜ੍ਹੀ ਜਿਹੀ ਬੱਕਰਿਆਂ ਲੱਸੀ ਪੀਤੀ ਹੈ ਅਤੇ ਬਾਕੀ ਤਾਂ ਨਹੀਂ ਪੀਤੀ ਉਹ ਵੀ ਠਹਿਰ ਕੇ ਪੀ ਇਹ ਜੰਤਰ ਇਹਨੂੰ ਪਾਇਆ ਸੀਗਾ ਇਹਨੂੰ ਥੋੜ੍ਹਾ ਜਿਹਾ ਖਾਧਾ ਵਾ ਅਤੇ ਐਡਵਾਂਸ ਇੱਧਰ ਆਹ ਛਿੜਕੇ ਵਗੈਰਾ ਵੀ ਰੱਖ ਦਿੱਤੇ ਨੇ ਕੁਰਸੀ ਦੇ ਉੱਪਰ ਠੀਕ ਹੈ ਨਾ ਅਤੇ ਇੱਧਰ ਵੀ ਐਡਵਾਂਸ ਲਿਆ ਕੇ ਜੰਤਰ ਰੱਖ ਦਿੱਤਾ ਫਿਰ ਆਪੇ ਖਾਏਗਾ ਤੋ ਬੰਨਣਾ ਤਾਂ ਬਸਮ ਦੇ ਘਰ ਸੀਗਾ ਵੀ ਉੱਥੇ ਨਹੀਂ ਬੰਨਿਆ ਕਹਿੰਦੇ ਚਲੋ ਇੱਥੇ ਨੂੰ ਹਵਾ ਲੱਗਦੀ ਰਹੇਗੀ ਠੀਕ ਹੈ ਨਾ ਪੰਖਾ ਚੱਲ ਰਿਹਾ ਵਾ ਇਹ ਬੇਜ਼ਬਾਨ ਹੁੰਦੇ ਇਸੇ ਤਰ੍ਹਾਂ ਦੇ ਨੇ ਇੱਥੇ ਹੁਣ ਟੋਕਰੀ ਖਿੱਚ ਰਿਹਾ ਸੀਗਾ ਅਤੇ ਟੋਕਰੀ ਪਰ ਇਹਨੂੰ ਕਰ ਦਿੱਤੀ ਹੈ ਮੈਂ ਆਪਦਾ ਅੱਗੇ ਕੋਸ਼ਿਸ਼ ਕਰਦੇ ਚੁੱਲ੍ਹਾ ਇੱਧਰ ਤੱਕ ਆਉਂਦਾ ਨਾ ਅਤੇ ਚੁੱਲ੍ਹੇ ਨੂੰ ਇੱਧਰ ਰੱਖ ਦਿਉ ਅਤੇ ਤਾਂ ਕਿ ਇਹਨੂੰ ਕੋਈ ਪਰਲੇ ਪਾਸੇ ਕਰਕੇ ਰੱਖ ਦਿਉ ਟੋਕਰੀ ਜਿਹਨੇ ਦਿਨ ਨਾ ਅਤੇ ਬੱਕਰਾ ਇੱਥੇ ਵੱਜਦਾ ਵਾ ਅਤੇ ਬਾਕੀ ਅੱਲਾ ਖੈਰ ਕਰੇ ਆਪਣੇ ਭੈਣ ਭੈਣ ਕੋਲ ਜਲਦੀ ਚਾਹਵਾਂਗੇ ਮਿਲਾਂਗੇ ਨੈਕਸਟ ਵੀਡੀਓ 'ਚ ਅਗਰ ਮੇਰੇ ਭੈਣ ਮੇਰੇ ਬਲੋਗ ਅੱਛਾ ਲੱਗੇ ਪਸੰਦ ਆਵੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਅੱਲਾ ਸੋਹਣੇ ਦੇ ਹਵਾਲੇ ਜੀ ਅੱਲਾ ਹਾਫਿਜ਼